ਬਿਸਮਿਲ੍ਲਾ ਰਹਿਮਾਨ ਰਹੀਮ। ਇਹ ਜੀ ਤੰਬਾਕੂ ਦੀ ਫਸਲ ਆ। ਤੰਬਾਕੂ ਜਿਹੜਾ ਆ ਇਹ ਤਕਰੀਬਨ ਲੱਗਦਾ ਹੀ ਰਹਿੰਦਾ ਆ, ਅੱਜ ਕੱਲ੍ਹ ਵੀ ਲੋਕ ਲਾ ਰਹੇ ਆ, ਲੇਕਿਨ ਸਿਆਲਾਂ ਦਾ ਲਾਇਆ ਠੀਕ ਹੁੰਦਾ। ਇਹਦੀ ਪਹਿਲਾਂ ਪਨੀਰੀ ਲਾਉਣੀ ਪੈਂਦੀ ਆ, ਪਨੀਰੀ ਆ ਜਿਹੜੀਆਂ ਡੋਡੀਆਂ ਇਹਨਾਂ ਦੇ ਵਿੱਚ ਬਣਨਾ ਬੀ, ਉਹਦੀ ਲਾਉਣੀ, ਉਹਨੂੰ ਫੱਕੀ ਵੀ ਕਹਿੰਦੇ, ਭੁੱਕੀ ਵੀ ਕਹਿੰਦੇ ਆ। ਉਹ ਲਾ ਕੇ ਫਿਰ ਜਿਸ ਵੇਲੇ ਏਡੀ ਏਡੀ ਹੋ ਜਾਏ ਫਿਰ ਖੇੜਾ ਬਣਾ ਕੇ ਉਹਦੇ ਉੱਤੇ ਤੰਬਾਕੂ ਲਾਉਣਾ ਪੈਂਦਾ। ਇਹਦੀ ਕੋਈ ਜ਼ਿਆਦਾ ਖੇਚਲ ਨਹੀਂ, ਇਹਨੂੰ ਢੇਰ ਪਾਓ ਜਾਂ ਪੋਟਾਸ਼ ਦੀ ਜ਼ਿਆਦਾ ਜ਼ਰੂਰਤ ਹੁੰਦੀ ਹੈ। ਤੇਲੇ ਦੀ ਸਪਰੇ ਕਰਨੀ ਪੈਂਦੀ, ਇਹਨੂੰ ਬਹੁਤ ਕਾਲਾ ਤੇਲਾ ਲੱਗਾ, ਉਹਦੇ ਲਈ ਲੈਮਡਾ ਦੀ ਸਪਰੇ ਕਰ ਦਿੱਤੀ ਹੈ। ਔਰ ਇਸ ਵੇਲੇ ਜਿਹੜਾ ਨਾ ਇਹ ਤੰਬਾਕੂ ਤਿਆਰ ਹੈ, ਜਿਸ ਵੇਲੇ ਕਲੀ ਫੁੱਲ ਕੱਢਿਆ ਹੋਵੇ ਨਾ, ਉਸ ਵੇਲੇ ਤਕਰੀਬਨ ਤਿਆਰੀ ਦੇ ਮਰਹਲੇ ਹੁੰਦੇ, ਮਰਹਲੇ ਆਖਰੀ 'ਚ ਹੁੰਦਾ, ਉਸ ਵੇਲੇ ਫਿਰ ਇਹ ਕਲੀਆਂ ਜਿਹੜੀਆਂ ਆ ਜਾਂ ਫੁੱਲ ਤੋੜ ਦੇਣੇ ਆ। ਇਹਨੂੰ ਕਹਿੰਦੇ ਕਲੀ, ਆਹ ਜਿਹੜੀਆਂ ਸਾਈਡਾਂ 'ਤੇ ਹੈ, ਇਹ ਦਿਖਾਇਓ ਜੀ, ਇਹਨੂੰ ਕਹਿੰਦੇ ਕੱਛਾ। ਇਹ ਨਾਲ ਨਾਲ ਕੱਛਾ ਭੰਨੀ ਜਾਣਾ, ਇਹ ਕਲੀ ਹੋ ਗਈ, ਇਹ ਕੱਛਾ, ਇਹ ਵੀ ਕੱਛਾ, ਇਹ ਕੱਛਾ। ਇਹ ਕੱਛਾ ਜਿਹੜਾ ਨਾ ਜੀ ਇਹ ਹੱਥ ਨਾਲ ਵੀ ਟੁੱਟ ਜਾਂਦਾ ਆ, ਲੇਕਿਨ ਕਟਰ ਦੇ ਨਾਲ ਹੋਰ ਆਸਾਨੀ ਹੋ ਗਈ, ਹੁਣ ਤਾਂ ਆਸਾਨੀਆਂ ਦੇ ਦੌਰ ਹੋ ਗਏ ਬਹੁਤ ਜ਼ਿਆਦਾ। ਇਹਨੂੰ ਕੱਛਾ ਕਹਿੰਦੇ। ਕੱਛਾ ਉਹ ਜਿਹੜਾ ਪੱਤੇ ਦੀ ਸਾਈਡ 'ਚੋਂ ਦੁਬਾਰਾ ਪੱਤਾ ਉਹ ਫੁੱਟਦਾ, ਜਿਸ ਵੇਲੇ ਹੁਣ ਕਲੀ ਤੋੜ ਦੇਣੀ ਹੈ ਉਸ ਵੇਲੇ ਕੱਛਾ ਇੱਕ ਵਾਰ ਫਿਰ ਉੱਠਣਾ। ਔਰ ਕਲੀ ਜਦੋਂ ਸਾਰਾ ਤੰਬਾਕੂ ਕੱਢਿਆ ਹੋਵੇ ਉਦੋਂ ਤੋੜਨੀ ਚਾਹੀਦੀ ਹੈ, ਫਿਰ ਕੱਠਾ ਹੀ ਪੱਕਦਾ। ਇਹ ਕੱਛਾ ਹੈ ਜੀ, ਇਹ ਜਿਹੜਾ ਇਹ ਵੀ ਕੱਛਾ ਹੈ, ਇਹਨੂੰ ਕਲੀ ਕਹਿੰਦੇ ਫੁੱਲ। ਇਹਦੇ ਫਿਰ ਜਿਸ ਵੇਲੇ ਇਹਦੇ 'ਤੇ ਆ ਜਿਹੜੇ ਤਿਬੜੇ ਜਿਹੇ ਨਾ, ਇਹਦੇ 'ਤੇ ਦਿਖਾਓ, ਇਹ ਜ਼ਿਆਦਾ ਹੋ ਜਾਣੇ ਨਾ ਸਾਰਿਆਂ 'ਤੇ, ਇਹ ਵੀ ਕੱਛਾ ਹੀ ਹੈ। ਇਹ ਜਦੋਂ ਜ਼ਿਆਦਾ ਹੋ ਜਾਣੇ ਉਦੋਂ ਇਹਨੂੰ ਵੱਢ ਲੈਣਾ, ਵੱਢ ਕੇ ਇਹਨੂੰ ਇੱਥੇ ਸੁੱਕਣਾ ਪਾ ਦੇਣਾ। ਅਗਲੇ ਦਿਨ ਫਿਰ ਇਹਨੂੰ ਲਪੇਟ ਦੂਸਰਾ ਪਾਸਾ ਇਹਦਾ ਦੇਣਾ, ਦੋ ਤਿੰਨ ਦਿਨ ਸੁਕਾ ਕੇ ਟੋਆ ਕੱਢ ਕੇ ਉਹਦੇ ਵਿੱਚ ਇਹਨੂੰ ਫਿਰ ਦੱਬ ਦੇਣਾ, ਤਕਰੀਬਨ ਹਫ਼ਤਾ 10 ਦਿਨ ਦੱਬੇ ਰਹਿਣ ਦੇਣਾ। ਉਹਦੇ ਤੋਂ ਵੱਢ ਕੇ ਇਹਦੇ ਛੁੱਬੜ ਵੱਟ ਲੈਣੇ, ਖੱਬੜ ਵੱਟ ਲੈਣੇ, ਅਤੇ ਫਿਰ ਪੀ ਜਾਣਾ। ਵੈਸੇ ਲਿਖਿਆ ਇਹ ਹੁੰਦਾ ਤੰਬਾਕੂ ਜਿਹੜਾ ਨਾ ਸਿਹਤ ਲਈ ਮੁਜ਼ਰ ਹੈ, ਕੈਂਸਰ ਵੀ ਪੈਦਾ ਕਰਦਾ, ਹੋਰ ਪਤਾ ਨਹੀਂ ਕੀ ਬਿਮਾਰੀਆਂ, ਲੇਕਿਨ ਪੰਜਾਬ ਦੀ ਇੱਕ ਇਹ ਰਵਾਇਤ ਆ, ਇਸ ਵਾਸਤੇ ਮਜਬੂਰੀ ਆ ਡੇਰਿਆਂ ਦੇ ਵਿੱਚ ਤੰਬਾਕੂ ਫੂਕਾ ਰੱਖਣਾ। ਹੁਣ ਕੱਢੀ ਜਾਂਦਾ ਜੀ, ਹੁਣ ਮੁੰਡੇ ਸਿਗਰਟਾਂ 'ਤੇ ਲੱਗ ਗਏ।